ਨਹੀਂ ਸਾਡਾ ਮਤਲਬ ਇਹ ਆ ਕਿ ਇੱਕ ਸਾਡੇ ਲਈ ਮਤਲਬ ਚਿੰਤਾਜਨਕ ਖਬਰ ਹੈ ਕਿ ਸਾਡੇ 7-8 ਨੌਜਵਾਨ ਜਿਹੜੇ ਆ 26-27 ਦਸੰਬਰ ਦੇ ਰਸ਼ੀਆ ਦੇ ਵਿੱਚ ਗਏ ਸੀ ਟੂਰਿਸਟ ਵੀਜ਼ਾ ਲਵਾ ਕੇ। ਉੱਥੇ ਕੋਈ ਨੇੜੇ ਬਲਾਰੂਸ ਕੋ ਹੋਰ ਇੱਕ ਬੇਲਾਰੂਸ ਸ਼ਾਇਦ ਕੁਛ ਇੱਦਾਂ ਦਾ ਕੰਟਰੀ ਹੈ ਛੋਟਾ ਜਿਹਾ, ਉੱਥੇ ਐਂਟਰ ਕਰ ਗਏ ਅਤੇ ਉੱਥੋਂ ਉਹਨਾਂ ਨੂੰ ਫੜ ਕੇ ਅਰੈਸਟ ਕਰਕੇ ਅਤੇ ਉਸ ਦੇਸ਼ ਦੇ ਅਧਿਕਾਰੀ ਨੇ ਉਹਨਾਂ ਨੂੰ ਰਸ਼ੀਆ ਫੌਜ ਦੇ ਹਵਾਲੇ ਕਰਤਾ। ਅਤੇ ਰਸ਼ੀਆ ਫੌਜ ਵਾਲਿਆਂ ਨੇ ਪਹਿਲਾਂ ਤਾਂ ਉਹਨਾਂ ਨੂੰ 10-15 ਦਿਨ ਕਮਰੇ 'ਚ ਬੰਦ ਰੱਖਿਆ, ਫਿਰ ਉੱਦਾਂ ਦੇ ਕੁੱਟਮਾਰ ਵੀ ਕੀਤੀ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਜਬਦੀ ਉਹਨਾਂ ਨੂੰ ਕਹਿਤਾ ਕਿ ਜਾਂ ਤਾਂ ਸਾਡੇ ਨਾਲ ਮਤਲਬ ਤੁਰੋ ਦੇ ਤਾਂ ਤੁਹਾਨੂੰ 10-10 ਸਾਲ ਦੀ ਕੈਦ ਹੋ ਜਾਣੀ ਆ। ਅਤੇ ਮੁੰਡੇ ਆਪਣੇ ਡਰਦੇ, ਉਹਨਾਂ ਨੇ ਜਾਸੂਸ ਕਰਤੀ ਹੋਣੀਆਂ ਅਤੇ ਉਹਨਾਂ ਨੂੰ ਹੁਣ ਰਸ਼ੀਅਨ ਫੌਜ ਨੇ ਟ੍ਰੇਨਡ ਕਰਕੇ ਅਤੇ ਯੂਕਰੇਨ ਦੇ ਨਾਲ ਜਿੱਥੇ ਜੰਗ ਲੱਗੀ ਆ ਉਹ ਬਾਰਡਰ ਦੇ ਉੱਤੇ ਮਤਲਬ ਜਬਦੀ ਅੱਗੇ ਲਾ ਕੇ ਉਹਨੇ ਜਿਹੜਾ ਜੋ ਘਰਦਿਆਂ ਨੇ ਮੈਨੂੰ ਦੱਸਿਆ ਕਿ 3 ਦਿਨ ਪਹਿਲਾਂ ਅਜੇ ਉਹ ਉਰਾਂ ਹੀ ਆ, ਪਰ ਉਹਨਾਂ ਨੂੰ ਖੜ ਦੀ ਤਿਆਰੀ 'ਚ ਹੋ ਸਕਦਾ ਅੱਜ ਚੱਲ ਜਾਣ ਕੱਲ੍ਹ ਚੱਲ ਜਾਣ ਪਰਸੋਂ ਚੱਲ ਜਾਣ। ਸੋ ਜਦੋਂ ਹੀ ਸਾਨੂੰ ਪਤਾ ਲੱਗਾ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਸ ਵੇਲੇ ਹਦਾਇਤਾਂ ਕੀਤੀਆਂ ਕਿ ਤੁਰੰਤ ਇੱਥੇ ਕਾਰਵਾਈ ਕਰੋ ਅਤੇ ਅਸੀਂ ਉਸ ਵੇਲੇ ਵਿਦੇਸ਼ ਮੰਤਰਾਲੇ ਦੇ ਨਾਲ, ਵਿਦੇਸ਼ ਮੰਤਰੀ ਜੀ ਦੇ ਨਾਲ, ਵਿਦੇਸ਼ ਸੈਕਟਰੀ ਦੇ ਨਾਲ ਔਰ ਜਿਹੜਾ ਰਸ਼ੀਆ ਦੇ ਵਿੱਚ ਸਾਡਾ ਭਾਰਤੀ ਅੰਬੈਸਡਰ ਆ ਕਪੂਰ ਸਾਹਿਬ ਉਹਨਾਂ ਦੇ ਨਾਲ ਔਰ ਰਸ਼ੀਅਨ ਇਮੀਗ੍ਰੇਸ਼ਨ ਜਿਹੜੀ ਆ ਉਹਨਾਂ ਦੇ ਨਾਲ ਅਸੀਂ ਇਸ ਵੇਲੇ ਸੰਪਰਕ ਕਰਕੇ ਅਤੇ ਅਸੀਂ ਮਤਲਬ ਲੈਟਰ ਵਗੈਰਾ ਲਿਖੀਆਂ ਨੇ ਔਰ ਪਰਮਾਤਮਾ ਕਰੂੰਗਾ ਕਿ ਪੋਜ਼ੀਟਿਵ ਰਿਜ਼ਲਟ ਆਉਣਗੇ। ਮਤਲਬ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਨੌਜਵਾਨ ਨੇ ਸਾਰੇ ਸੁਰੱਖਿਅਤ ਆਪਣੇ ਘਰ ਜਿਹੜੇ ਵਾਪਸ ਆ ਜਾਣ। ਉਹਦੇ 2-4 ਦਿਨ ਕਿਉਂਕਿ ਦੂਜੇ ਦੇਸ਼ਾਂ ਦਾ ਮਾਮਲਾ ਟਾਈਮ 'ਤੇ ਲੱਗੂਗਾ, ਪਰ ਅਸੀਂ ਹੁਣ ਤੱਕ ਜਿੰਨੇ ਵੀ ਕੇਸ ਸਾਡੇ ਕੋਲ ਇੱਦਾਂ ਦੇ ਆਏ ਹਰ ਥਾਂ 'ਤੇ ਅਸੀਂ ਬੱਚਿਆਂ ਨੂੰ ਮਤਲਬ ਸੁਰੱਖਿਅਤ ਲਿਆਉਣ ਦੇ ਵਿੱਚ ਕਾਮਯਾਬ ਹੋ ਗਏ ਵੱਖ ਵੱਖ ਦੇਸ਼ਾਂ ਦੇ ਵਿੱਚੋਂ। ਅਤੇ ਮੇਰਾ ਖਿਆਲ ਪਰਮਾਤਮਾ ਇੱਥੇ ਵੀ ਆਪਾਂ ਨੂੰ ਕਾਮਯਾਬ ਵੀ ਦਊਗਾ ਅਤੇ ਮੁੰਡੇ ਜਿਹੜੇ ਸੁਰੱਖਿਅਤ ਇਹ ਕੁਛ ਮੇਰਾ ਖਿਆਲ 2-3 ਮੁੰਡੇ ਹਰਿਆਣੇ ਦੇ ਆ, ਬਾਕੀ ਪੰਜਾਬ ਦੇ ਦੋ ਸਟੇਟਾਂ ਦੇ ਹੀ ਆ ਜੋ ਉਹਨਾਂ ਨੇ ਦੱਸਿਆ। ਮਤਲਬ ਇਹ ਤਾਂ ਮਤਲਬ ਮੇਰੀ ਘਰ ਵਾਲਿਆਂ ਨਾਲ ਗੱਲ ਹੋਈ, ਜੋ ਉਹਨਾਂ ਨੇ ਦੱਸਿਆ ਕਿ ਸਾਨੂੰ ਜੋ ਉੱਥੇ ਬੇਟਿਆਂ ਨੇ ਦੱਸਿਆ। ਉਹਦੇ ਵੀ ਬੜੀ ਅਚੰਭੇ ਵਾਲੀ ਗੱਲ ਕਿ ਘਰ ਵਾਲਿਆਂ ਨੂੰ ਇਹ ਪਤਾ ਹੀ ਨਹੀਂ ਵੀ ਉਹ ਕਿਹੜੇ ਜੈਂਟਰ ਦੇ ਰਾਈ ਗਏ। ਅਸੀਂ ਕੋਸ਼ਿਸ਼ ਕੀਤੀ ਕਿ ਪਤਾ ਲੱਗ ਜਾਵੇ ਕਿਹੜੇ ਜੈਂਟਰ ਦੇ ਖੜ੍ਹੇ, ਤਾਂ ਅਸੀਂ ਉਹਦੇ ਨਾਲ ਮਤਲਬ ਉਹਨੂੰ ਅਰੈਸਟ ਰੁਸ ਕਰਕੇ ਅਤੇ ਉਹਦੇ ਰਾਹੀਂ ਕੁਝ ਪਤਾ ਲੱਗ ਜਾਵੇ ਉੱਥੇ। ਪਰ ਉਹ ਕਹਿੰਦੇ ਜੀ ਨਹੀਂ ਪਤਾ ਨਹੀਂ ਉਹਨਾਂ ਨੇ ਔਨਲਾਈਨ ਵੀਜ਼ਾ ਲਿਆ ਕਿੱਦਾਂ ਲਿਆ, ਕਿਉਂਕਿ ਟੂਰਿਸਟ ਵੀਜ਼ਾ ਸੀ ਮੇਰਾ ਖਿਆਲ ਰਸ਼ੀਆ ਵਾਲਿਆਂ ਨੇ ਉੱਦਾਂ ਵੀ ਦਿੱਤਾ ਹੋਊਗਾ ਅਤੇ ਉਹ ਨਹੀਂ ਪਤਾ ਲੱਗਾ ਅਤੇ ਇਹ ਪਤਾ ਨਹੀਂ ਲੱਗਾ ਉਹਨਾਂ ਨੂੰ ਕੌਣ ਲੈ ਕੇ ਗਿਆ। ਅਤੇ ਹੁਣ ਉਹਨਾਂ ਨਾਲ ਗੱਲ ਹੋਊਗੀ, ਮੈਂ ਡਿਊਟੀ ਲਾਈ ਹੈ ਉਹਨਾਂ ਦੇ ਘਰਦਿਆਂ ਦੀ ਵੀ ਜਦੋਂ ਕਾਲ ਆਵੇ ਮੇਰੇ ਨਾਲ ਗੱਲ ਕਰੋਗੀਆਂ ਤੁਸੀਂ ਮੁੰਡਿਆਂ ਦੀ। ਅਤੇ ਜੇ ਕਾਲ ਆ ਗਈ, ਵੈਸੇ ਉਹਨਾਂ ਨੂੰ ਪਰਸੋਂ ਤੋਂ ਬਾਅਦ ਕਾਲ ਨਹੀਂ ਆਈ ਜਿੱਦਾਂ ਦਾ ਮੇਰੀ ਗੱਲ ਹੋਈ, ਕਿਉਂਕਿ ਉਹ ਕਹਿੰਦੇ ਕਿ ਮੁੰਡਿਆਂ ਨੇ ਵੀ ਕਹਿਤਾ ਸੀ ਕਿ ਜਿੱਥੇ ਸਾਨੂੰ ਇਹ ਖੜ੍ਹਨਾ ਚਾਹੁੰਦੇ ਆ ਕੋਈ ਵਿੱਚ ਉਹਨਾਂ ਨੇ ਟਰਾਂਸਲੇਟਰ ਪਾਇਆ ਹੋਊਗਾ ਰਸ਼ੀਅਨ ਲੈਂਗੁਏਜ ਦੀ, ਤਾਂ ਉਹਨਾਂ ਮੁੰਡਿਆਂ ਨੂੰ ਕੋਈ ਸਮਝ ਨਹੀਂ ਅਤੇ ਉਹਨਾਂ ਨੇ ਟਰਾਂਸਲੇਟਰ ਪਾਇਆ ਤਾਂ ਉਹ ਕਹਿੰਦੇ ਕਿ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਜਿੱਥੇ ਸਾਨੂੰ ਖੜ੍ਹਨਾ ਚਾਹੁੰਦਾ ਉੱਥੇ ਹੋ ਸਕਦਾ ਸਾਡਾ ਫੋਨ ਨਾ ਕਰੇ। ਮੰਤਰੀ ਸਾਹਿਬ ਇਹ ਬੜਾ ਇੱਦਾਂ ਲੱਗਾ ਮੈਨੂੰ ਬੜਾ ਮਤਲਬ ਧੱਕਾ ਲੱਗਾ ਜਦੋਂ ਮਤਲਬ ਇਹ ਤਾਂ ਦੂਜੇ ਕੰਟਰੀਆਂ ਤੋਂ ਕਈ ਇੱਦਾਂ ਦੇ ਦੁਨੀਆਂ ਦੇ ਕੰਟਰੀ ਹੈਗੇ ਜਿੱਥੇ ਆਸ ਕਰ ਸਕਦੇ ਹੋ, ਪਰ ਰਸ਼ੀਆ ਵਾਲਿਆਂ ਕੋਲ ਪਰ ਮੇਰਾ ਖਿਆਲ ਹੈ ਆਪਾਂ ਕਾਮਯਾਬ ਹੋ ਜਾਵਾਂਗੇ, ਲੈ ਆਵਾਂਗੇ ਉਹਨਾਂ ਨੂੰ ਕੋਈ ਗੱਲ ਨਹੀਂ। ਕਈ ਗਲਤ ਫਹਿਮੀ ਆ ਗਈ, ਦਿੱਲੀ ਜਾਣਾ ਪਿਆ ਸਰ, ਮੈਂ ਤਾਂ ਉੱਥੇ ਲਾਈਨ ਅਪ ਹਾਂ ਦਿੱਲੀ ਟਾਈਮ, ਕਿਉਂਕਿ ਇੱਦਾਂ ਜਾਣ ਦਾ ਨਹੀਂ ਨਾ ਫਾਇਦਾ ਹੁੰਦਾ ਜਿੰਨਾ ਚਿਰ ਤੱਕ ਤੁਹਾਨੂੰ ਅੱਗੇ ਟਾਈਮ ਨਾ ਮਿਲੇ, ਅਤੇ ਟਾਈਮ ਮੰਗਿਆ ਟਾਈਮ ਮਿਲ ਗਿਆ ਅਤੇ ਜਦੋਂ ਕਾਲ ਆ ਗਈ ਉਸ ਵੇਲੇ ਦਿੱਲੀ ਪਹੁੰਚ ਬੱਚੇ ਛਡਾਉਣ ਲਈ ਜਿੱਥੇ ਜਾਣਾ ਪਿਆ ਉੱਥੇ ਜਾਣਾ। ਹਾਂ